ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਸ਼ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀਖੇਲ। ਅੱਜ ਅਸੀਂ ਫਿਰ ਜੀ ਤਹਿਸੀਲ ਸ਼ਕਰਗੜ੍ਹ ਦਾ ਪਿੰਡ ਆ ਕੋਟਨਾਣਾ ਸ਼ਕਰਗੜ੍ਹ ਰੋਡ 'ਤੇ ਕਰੇਸ਼ੀਆਂ ਪਿੰਡ 'ਚ ਆਏ ਹਾਂ ਆਪਣੇ ਸਾਈਂ ਅਬਦੁਲ ਰਸ਼ੀਦ ਸਾਹਿਬ ਦੇ ਡੇਰ 'ਤੇ। ਔਰ ਤੁਹਾਨੂੰ ਅੰਦਰ ਦੱਸਦੇ ਹਾਂ ਜੋ ਵੀ ਆਪਣੇ ਪ੍ਰੋਗਰਾਮ ਚੱਲਦਾ ਪਿਆ ਉਹ ਦਿਖਾਉਂਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਬਾਹਰ ਰੋਡ 'ਤੇ ਲੈ ਕੇ ਚੱਲਦੇ ਹਾਂ, ਉੱਥੇ ਜ਼ਰਾ ਮੈਰਿਜ ਹਾਲ ਦਾ ਇਫਤਾਹ ਕਰਨਾ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਬਾਕੀ ਤੁਹਾਨੂੰ ਮੇਲੇ ਦਾ ਉਰਸ ਮੁਬਾਰਕ ਦਾ ਸਾਰਾ ਜਿਹੜਾ ਨਾ ਪ੍ਰੋਗਰਾਮ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ ਤਾਲਾ। ਸਾਡੇ ਨਾਲ ਜੁੜੇ ਰਹਿਣਾ ਤੁਸੀਂ ਸਾਰੇ ਦੋਸਤ। ਦਰਵਾਜ਼ੇ 'ਚ ਐਂਟਰ ਕਰਦੇ ਹਾਂ ਜੀ, ਤੰਦੂਰ ਲੱਗਾ ਔਰ ਲੰਗਰ ਦੀ ਜਿਹੜੀ ਆਪਣੇ ਤਿਆਰੀ ਫੁੱਲ ਹੈ, ਸੁਬਹ ਦਾ ਟਾਈਮ ਨਾਸ਼ਤੇ ਦਾ। ਔਰ ਇਹ ਸਾਡੇ ਵੀਰ ਨੇ ਜਿਹੜੇ ਤੰਦੂਰ 'ਤੇ ਰੋਟੀਆਂ ਲਗਾ ਰਹੇ ਨੇ। ਅਤੇ ਵੀਰ ਜੀ ਕਿਹੜਾ ਇਲਾਕਾ ਆਪਣਾ? ਪਿੰਡ ਚੌੜਾ। ਯਾਰ ਤੁਹਾਡੇ ਪਿੰਡ ਦਾ ਜ਼ਾਹਰ ਗੁਜਰ ਮੁੰਡਾ ਬਾਹਰ ਹੁੰਦਾ, ਜਾਣਦੇ ਹੋ? ਅੱਛਾ ਜੀ, ਠੀਕ ਹੋ ਗਿਆ। ਜ਼ਾਹਰ ਗੁਜਰ ਨੂੰ ਜਾਣਦੇ ਹੋ ਤੁਸੀਂ, ਉਹਦੇ ਪਿੰਡ ਚੌੜੇ ਪਿੰਡ ਤੋਂ? ਅਸੀਂ ਜਾ ਰਹੇ ਹਾਂ ਜੀ ਜਿੱਧਰ ਆਪਣੇ ਮੈਰਿਜ ਹਾਲ ਦੀ ਸੰਗੇ ਬੁਨਿਆਦ ਆਪਣੇ ਰੱਖਣਾ ਨਾ ਸਾਈਂ ਅਬਦੁਲ ਰਸ਼ੀਦ ਸਾਹਿਬ ਨੇ, ਉੱਥੇ ਜਾ ਰਹੇ ਹਾਂ। ਮੇਰੇ ਨਾਲ ਵੀਰ ਨੇ ਬੈਠੇ ਦੇ, ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਜ਼ਰਾ ਅੱਲਾ ਵਾਲੀ ਸਾਰ ਦਾ ਬੋਰਡ ਵੀ ਲੱਗਾ ਜੀ। ਅਸੀਂ ਸ਼ਕਰਗੜ੍ਹ ਕੋਟਨਾਣੇ ਰੋਡ 'ਤੇ ਚੜ੍ਹ ਗਏ ਮੇਨ 'ਤੇ। ਕਿਹੜਾ ਸਟਾਪ ਆ ਵੀਰ ਜਿੱਥੇ? ਆਪਣੇ ਇੰਦਰਾ ਮੋੜ ਭੋਤੋ ਰੋਡ ਦੇ ਸੈਂਟਰ 'ਚ। ਇਹ ਸਟਾਪ ਕਿਹੜਾ? ਭੋਤੋ ਰੋਡ ਸਟਾਪ। ਗੋਸ਼ਤ ਵਾਲਾ ਮਸ਼ਹੂਰ ਜੀ। ਅੱਛਾ ਜੀ, ਗੋਸ਼ਤ ਵਾਲਾ ਬੜਾ ਮਸ਼ਹੂਰ ਹੈ। ਇਹ ਛੱਪੜ ਵਾਲੀ ਜਗ੍ਹਾ ਸਰਕਾਰੀ ਹੈ ਜਾਂ ਸਾਥੀ ਹੈ? ਹੋਈਆਂ ਜੀ ਉਸ ਜਗ੍ਹਾ 'ਤੇ ਜਿੱਥੇ ਮੈਰਿਜ ਹਾਲ ਦੀ ਸੰਗੇ ਬੁਨਿਆਦ ਰੱਖੀ ਜਾਣੀ ਆ। ਮੇਲਾ ਵਾ ਉਰਸ ਮੁਬਾਰਕ ਬਾਬਾ ਸਾਈਂ ਹਸ਼ਮਤ ਅਲੀ ਸਰਕਾਰ ਆਲ ਮਰੂਫ ਅੱਲਾ ਅਲੀ ਸਰਕਾਰ ਔਰ ਬਾਬਾ ਜੀ ਸਾਈਂ ਹਾਜੀ ਅਬਦੁਲ ਰਸ਼ੀਦ ਸਰਕਾਰ ਆਪਣੇ। ਔਰ ਇਸ ਸਾਈਡ 'ਤੇ ਤੁਹਾਨੂੰ ਦਿਖਾਉਂਦੇ ਆਪਣੇ ਭਾਈ ਦੱਸਦੇ ਪਏ ਸੀ ਡੇਰਾ ਜੋ ਵੀ ਹੈ ਨਾ ਉਹ ਆ ਜਿਹੜੇ ਬੂਟੇ ਆ ਨਾ ਇਸ ਸਾਈਡ 'ਤੇ, ਇਸ ਸਾਈਡ 'ਤੇ ਬਣਾਇਆ ਜਾਏਗਾ। ਔਰ ਮੈਰਿਜ ਹਾਲ ਦਾ ਸੰਗੇ ਬੁਨਿਆਦ ਜਿਹੜਾ ਨਾ ਉਹ ਇਸ ਸਾਈਡ 'ਤੇ ਰੱਖਿਆ ਜਾਏਗਾ। ਸਾਰੇ ਮਹਿਮਾਨ ਪਹੁੰਚ ਗਏ ਨੇ ਜੀ ਆਪਣੇ, ਜਿੰਨੇ ਵੀ ਆਪਣੇ ਸਾਈਂ ਅਬਦੁਲ ਰਸ਼ੀਦ ਸਾਹਿਬ ਨੇ ਇਨਵਾਈਟ ਕੀਤੇ ਨੇ। ਥੋੜ੍ਹੀ ਦੇਰ ਤੋਂ ਬਾਅਦ ਆਪਣੇ ਸੰਗੇ ਬੁਨਿਆਦ ਰੱਖਿਆ ਜਾਂਦਾ ਅੱਲਾ ਵਾਲੀ ਦੇ ਨਾਮ 'ਤੇ। ਮਹਿਰਾਜ ਹਾਲ ਜਿਹੜਾ ਜ਼ੇਰੇ ਤਮੀਰ ਹੋਏਗਾ ਇਸ ਜਗ੍ਹਾ 'ਤੇ। ਅੱਲਾ ਵਾਲੀ ਦੇ ਨਾਮ 'ਤੇ ਜੀ ਆਪਣੇ ਸੰਗੇ ਬੁਨਿਆਦ ਰੱਖੀ ਗਈ ਹੈ। ਔਰ ਇਸ ਸਾਈਡ 'ਤੇ ਸਾਈਂ ਅਬਦੁਲ ਰਸ਼ੀਦ ਸਾਹਿਬ ਦੱਸਦੇ ਪਏ ਨੇ ਕਿ ਅੱਲਾ ਵਾਲੀ ਜਿਹੜਾ ਡੇਰਾ ਇਸ ਜਗ੍ਹਾ 'ਤੇ ਬਣੇਗਾ ਜਿਸ ਸਾਈਡ 'ਤੇ ਬੂਟੇ ਨੇ। ਕੀ ਹਾਲ ਆ ਸਾਈਂ ਜੀ? ਠੀਕ ਠਾਕ ਜੀ। ਜ਼ਰਾ ਦਿਖਾਇਓ ਆਪਣੇ ਦੋਸਤਾਂ ਨੂੰ ਇਸ ਸਾਈਡ 'ਤੇ ਜਿੱਧਰ ਪੌਦੇ ਨੇ। ਅੱਲਾ ਵਾਲੀ ਡੇਰਾ ਇੱਧਰ ਬਣੇਗਾ, ਸਾਢੇ ਤਿੰਨ ਕਨਾਲ ਜਗ੍ਹਾ, 11 ਮਰਲੇ ਇੱਥੇ ਡੇਰਾ ਹੋਏਗਾ। ਔਰ ਸਾਹਮਣੇ ਇਹਦੇ ਜਿੱਥੇ ਆਪਣੇ ਸੰਗੇ ਬੁਨਿਆਦ ਰੱਖਿਆ ਇੱਥੇ ਅੱਲਾ ਵਾਲੀ ਦੇ ਨਾਂ 'ਤੇ ਮੈਰਿਜ ਹਾਲ ਹੋਏਗਾ। ਬਹੁਤ ਅੱਛਾ ਜੀ ਸਾਈਂ ਸਾਹਿਬ, ਇੱਥੇ ਸਾਡੀ ਮਹਿਫਲ ਜੀ ਜੀ। ਸਾਰੇ ਮਹਿਮਾਨ ਆਪਣੇ ਜੀ ਆ ਰਹੇ ਨੇ। ਇਹ ਸ਼ਕਰਗੜ੍ਹ ਕੋਟਨਾਣਾ ਰੋਡ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ, ਸਾਹਮਣੇ ਅੱਲਾ ਵਾਲੀ ਡੇਰਾ ਅੱਲਾ ਵਾਲੀ ਦਾ ਬੋਰਡ ਲੱਗਿਆ ਵਾ ਬਾਬਾ ਜੀ ਸਾਈਂ ਹਾਜੀ ਅਬਦੁਲ ਰਸ਼ੀਦ। ਔਰ ਇਹ ਸਾਡੇ ਮਹਿਮਾਨ ਔਰ ਸਾਈਂ ਹਾਜੀ ਅਬਦੁਲ ਰਸ਼ੀਦ ਸਾਹਿਬ ਦੇ ਸਾਹਿਬਜ਼ਾਦੇ ਔਰ ਅੱਲਾ ਵਾਲੀ ਸਰਕਾਰ ਦੇ ਸਾਹਿਬਜ਼ਾਦੇ ਚੀਚਾ ਵਤਨੀ ਤੋਂ।
मगर साढ़े गड्डियां का काफला आ रहा जी, असं अगे अगे मोटरसाइकिल बैठ गए हैं, मगर सारे मेहमान आ रहे हैं। बाबा जी साईं रहील हशमत साहब तशरीफ लिया रहे हैं जी, और उन्होंने इस्तकबाल वास्ते साढ़े साईं अब्दुल रशीद साहब और उन्होंने साहबजादे उन्होंने इस्तकबाल वास्ते खड़े ने। बाबा जी साईं अब्दुल रशीद साहब और बाबा जी साईं रहील हशमत अली साहब,
ਲੰਗਰ ਦਾ ਟਾਈਮ ਹੋ ਗਿਆ ਸਾਰੇ ਬੱਚੇ ਸਾਡੇ ਜਵਾਨ ਸਾਡੇ ਬਜ਼ੁਰਗ ਲੰਗਰ ਤੇ ਬੈਠ ਗਏ ਨੇ ਔਰ ਚੰਦ ਸੈਕਿੰਡ ਤੋਂ ਬਾਅਦ ਜਿਹੜਾ ਨਾ ਲੰਗਰ ਤਕਸੀਮ ਕੀਤਾ ਜਾਂਦਾ ਪਾਖਾਲਾ ਸਾਹਿਬ ਹੋਰ ਸੁਣਾਓ ਪ੍ਰੋਗਰਾਮ ਕਿਹੋ ਲੱਗਾ ਲੰਗਰ ਤਕਸੀਮ ਹੋਣਾ ਸ਼ੁਰੂ ਹੋ ਗਿਆ ਜੀ ਇਹਲੇ ਇਲਾਕਾ ਦੇ ਜਿੰਨੇ ਲੋਕ ਆਏ ਨੇ ਪ੍ਰੋਗਰਾਮ ਸੁਣਨ ਤੋਂ ਬਾਅਦ ਇਸ ਟਾਈਮ ਜ਼ੋਹਰ ਤੋਂ ਬਾਅਦ ਦਾ ਟਾਈਮ ਹੈ ਸਾਰੇ ਦੋਸਤ ਆਪਣੇ ਭਰਾ ਸਾਡੇ ਬਜ਼ੁਰਗ ਸਾਡੇ ਬੱਚੇ ਲੰਗਰ ਕਰਨ ਵਾਸਤੇ ਬੈਠ ਗਏ ਨੇ ਔਰ ਸਾਡੇ ਦੋਸਤ ਲੰਗਰ ਤਕਸੀਮ ਕਰ ਰਹੇ ਨੇ ਲੰਗਰ ਕਰਨ ਤੋਂ ਬਾਅਦ ਜੀ ਇਸ ਸਾਈਡ 'ਤੇ ਫਲ ਪਿਆ ਔਰ ਸਾਡੇ ਵੀਰ ਨੇ ਜਿਹੜੇ ਫਲ ਤਕਸੀਮ ਕਰਦੇ ਪਏ ਨੇ ਔਰ ਸਾਡੇ ਸਾਹਮਣੇ ਮੌਲਵੀ ਸਾਹਿਬ ਨੇ ਜਿਹੜੇ ਦੁਬਈ ਬੈਠ ਕੇ ਸਾਨੂੰ ਵੇਖਦੇ ਨੇ ਮੁਹੱਬਤ ਆ ਸਾਰੇ ਕਿ ਇਹ ਸਾਡੇ ਨਾਲ ਮੁਹੱਬਤ ਕਰਦੇ ਨੇ ਔਰ ਅੱਜ ਅੱਲਾ ਵਾਲੀ ਦੇ ਮੇਲੇ 'ਤੇ ਸਾਨੂੰ ਮਿਲੇ ਨੇ ਲੰਗਰ ਤੋਂ ਬਾਅਦ ਜੀ ਫਲ ਜਿਹੜਾ ਲੋਕ ਖਾ ਰਹੇ ਨੇ ਆ ਗਏ ਜੀ ਆ ਗਏ ਇਹ ਸਾਡੇ ਭਾ ਖਾਲਸ ਸਾਹਿਬ ਵੀ ਸਾਡੇ ਨਾਲ ਬੈਠੇ ਨੇ